ਆਮ ਪਿੰਡਾਂ ਦੇ ਵਿੱਚ ਸਾਡੇ ਨਾ ਅੱਜ ਕੱਲ੍ਹ ਇੱਕ ਮਤੇ ਵਾਲਾ ਸਿਸਟਮ ਚੱਲ ਪਿਆ ਕਿ ਪ੍ਰਵਾਸੀ ਆ ਨਾ ਜਿਹੜੇ ਉਹ ਬੜਾ ਜਾਬਤੇ 'ਚ ਨਹੀਂ ਰਹਿੰਦੇ, ਖਰਾਬ ਕਰਦੇ ਆ। ਠੀਕ ਹੈ, ਜੇ ਕੋਈ ਬਾਹਰੋਂ ਆ ਕੇ ਗਲਤੀ ਕਰਦਾ ਉਹਦੀ ਸਜ਼ਾ ਕੁੱਟਮਾਰ ਜਾਂ ਮਾਰਨਾ ਨਹੀਂ ਹੁੰਦੀ। ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਜੇ ਅਸੀਂ ਉਹ ਸਾਡੇ ਕਹਿੰਦੇ ਹਾਂ ਪੰਜਾਬ ਦੇ ਵਿੱਚ ਪ੍ਰਵਾਸੀ ਆ ਕੇ, ਸਾਡੇ ਬੱਚੇ ਵੀ ਬਾਹਰਲੇ ਮੁਲਕਾਂ ਵਿੱਚ ਬੈਠੇ ਆ। ਨਫ਼ਰਤ ਨਫ਼ਰਤ ਨਹੀਂ ਹੋਣੀ ਚਾਹੀਦੀ, ਇਹੀ ਫਿਲਮ ਸਿਖਾਉਂਦੀ ਹੈ। ਜੇ ਅਸੀਂ ਨਫ਼ਰਤ ਹੀ ਸਿੱਖਣੀ ਹੈ ਤਾਂ ਫਿਰ ਅਸੀਂ ਕਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਸਰਬੱਤ ਦੇ ਭਲੇ ਦਾ ਮਤਲਬ ਇਹ ਥੋੜ੍ਹਾ ਵੀ ਮੈਂ ਆਪਣਿਆਂ ਲਈ ਚੰਗਾ ਸੋਚਣਾ, ਉਹਦਾ ਮਤਲਬ ਹੈ ਕਿ ਅਸੀਂ ਹਰ ਇੱਕ ਲਈ ਚੰਗਾ ਸੋਚਣਾ। ਸੋਸ਼ਲ ਮੀਡੀਆ 'ਤੇ ਖਾਸ ਕਰਕੇ ਗਾਲੀ ਗਲੋਚ ਵਾਲਾ ਕੰਮ ਬਹੁਤ ਚੱਲ ਪੈਂਦਾ। ਬੇਸਮਝੀ ਆ ਬੇਟਾ, ਮੈਂ ਇਹੀ ਕਹੂੰਗੀ। ਉਹ ਬੰਦਾ ਆਪ ਅਸਲ ਮੈਨੂੰ ਲੱਗਦਾ ਕਿ ਫਰਸਟਰਡ ਹੋਇਆ ਹੋਇਆ ਹੁੰਦਾ, ਉਸ ਫਰਸਟ੍ਰੇਸ਼ਨ 'ਚੋਂ ਉਹ ਆਪਦਾ ਗੁੱਬਗਵਾਰ ਕੱਢਦਾ, ਹਾਲਾਂਕਿ ਉਸ ਬੰਦੇ ਨੂੰ ਹੋ ਸਕਦਾ ਉਹ ਬੰਦਾ ਜਾਣਦਾ ਵੀ ਨਾ ਹੋਵੇ, ਅਤੇ ਫਿਰ ਉਹ ਕਿਹੜੇ ਧਰਮ ਦੀ ਗੱਲ ਕਰਦਾ। ਸੁਸਾਈਡ ਰੇਟ ਆ ਨਾ ਜਿਹੜਾ, ਜਦੋਂ ਅੰਕੜਿਆਂ 'ਤੇ ਝਾਤ ਮਾਰਦੇ ਆ ਤਾਂ ਇੰਨਾ ਸੀਰੀਅਸ ਅੰਕੜਾ ਕਿ ਬੰਦੇ ਦੀ ਰੂਹ ਕੰਬਦੀ ਹੈ ਸੁਣ ਕੇ ਦੇਖ ਕੇ। ਮੈਨੂੰ ਲੱਗਦਾ ਕਿ ਇਹਨੂੰ ਬੜਾ ਆਸਾਨ ਜਿਹਾ ਤਰੀਕਾ ਸਮਝ ਲਿਆ ਵੀ ਹੋਰ ਸਾਰਾ ਕੁਛ ਨਹੀਂ ਹੁੰਦਾ ਤਾਂ ਚਲੋ ਸਾਰੇ ਟੱਬਰ ਨੂੰ ਜ਼ਹਿਰ ਦੇ ਕੇ ਮਾਰ ਦਿਓ। ਸਾਧੂ ਸੰਤਾਂ ਦਾ ਸੰਗ ਕਰ ਲਈਏ, ਆਪਾਂ ਦੋ ਚਾਰ ਗੱਲਾਂ ਪੱਲੇ ਬੰਨ ਲੈਂਦੇ ਹਾਂ, ਹਫ਼ਤਾ ਦੋ ਹਫ਼ਤੇ ਬਾਅਦ ਉਹ ਸਾਡੇ ਜ਼ਿਹਨ 'ਚੋਂ ਨਿਕਲ ਜਾਂਦੀਆਂ ਨੇ। ਟੈਨਸ਼ਨਾਂ ਭਰੀ ਜ਼ਿੰਦਗੀ ਆ ਸਾਰਿਆਂ ਦੀ, ਅੱਜ ਪਤਾ ਨਹੀਂ ਕੌਣ ਕਿਸ ਮੁਸ਼ਕਿਲ 'ਚ ਹੈ, ਕੋਈ ਕਿਸ 'ਚ ਹੈ। ਲੋਕਾਂ ਕੋਲ ਕਿਸੇ ਦਾ ਦੁੱਖ ਦਰਦ ਵੰਡਾਉਣ ਦਾ ਵੀ ਟਾਈਮ ਹੈ ਨਹੀਂ ਗਾ, ਆਪਣਿਆਂ ਦੀ ਨਹੀਂ ਸੁਣਦਾ ਕੋਈ, ਸਕਿਆਂ ਦੇ ਵਿੱਚ ਘਰ 'ਚ ਹੀ ਪਤਾ ਨਹੀਂ ਹੁੰਦਾ ਕੀ ਹੋ ਰਿਹਾ। ਗੁਰਪ੍ਰੀਤ ਘੁੱਗੀ ਹੋਰਾਂ ਨੇ ਉਦੋਂ ਟੀਜ਼ਰ ਰਿਲੀਜ਼ ਵੇਲੇ ਕਿਹਾ ਕਿ ਮੈਂ ਗਿੱਪੀ ਨੂੰ ਸਲਾਹ ਦਿੱਤੀ ਕਿ ਫਿਲਮ 'ਚ ਆਪਾਂ ਪੰਗਾ ਨਾ ਲਈਏ, ਆਪਣੀ ਕੈਰੀ ਔਨ ਜੱਟਾਂ ਵਰਗੀਆਂ ਬੜੀਆਂ ਹਿੱਟ ਹੋ ਰਹੀਆਂ। ਮੈਨੂੰ ਤਾਂ ਭਰੋਸਾ ਸੀ ਨਾ ਹੀ ਇੰਨਾ ਵਧੀਆ ਅਰਦਾਸ, ਉਹ ਪਤਾ ਨਹੀਂ ਅਰਦਾਸ ਨਹੀਂ ਖਿੱਚ ਲਿਆ ਇੱਕਦਮ। ਪੰਜਾਬੀ ਫਿਲਮ ਜਗਤ ਦੇ ਵਿੱਚ ਇੱਕ ਐਸੀ ਫਿਲਮ ਆ ਰਹੀ ਹੈ ਜਿਸ ਨੂੰ ਤੁਸੀਂ ਪਹਿਲਾਂ ਵੀ ਕਾਫੀ ਪਿਆਰ ਦਿੱਤਾ ਹੈ ਅਤੇ ਹੁਣ ਉਸੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਖਾਸ ਸੁਨੇਹੇ ਲੈ ਕੇ ਅਰਦਾਸ ਸਰਬੱਤ ਦੇ ਭਲੇ ਦੀ, ਅਤੇ ਉਸ ਦੇ ਵਿੱਚ ਜੋ ਸਟਾਰ ਕਾਸਟ ਹੈ ਉਹਨਾਂ ਦੇ ਵਿੱਚੋਂ ਸਾਡੀਆਂ ਮਾਣਮੱਤੀਆਂ ਹਸਤੀਆਂ ਦੋ ਸਾਡੇ ਨਾਲ ਨੇ, ਮੈਡਮ ਗੁਰਪ੍ਰੀਤ ਕੌਰ ਭੰਗੂ ਜੀ, ਸੀਮਾ ਕੌਸ਼ਲ ਜੀ। ਇਹਨਾਂ ਅਸੀਂ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਇਸ ਫਿਲਮ ਨੂੰ ਲੈ ਕੇ ਜਿਹੜਾ ਸਫ਼ਰ ਚੱਲਦਾ ਆ ਰਿਹਾ, ਕਿਉਂਕਿ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਖੁਦ ਹੀ ਕਿਹਾ ਸੀ ਕਿ ਅਸੀਂ ਇਸ ਫਿਲਮ ਦਾ ਹਿੱਸਾ ਬਣਨ ਲਈ ਕਿੰਨੇ ਉਤਾਵਲੇ ਸੀ, ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਇਸ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਜਦੋਂ ਪ੍ਰੈਸ ਕਾਨਫਰੰਸ ਹੋਈ, ਤੁਸੀਂ ਸਾਰਿਆਂ ਨੇ ਆਪੋ ਆਪਣੇ ਤਜਰਬੇ ਦੱਸੇ, ਖਾਸ ਕਰਕੇ ਮੈਂ ਤੁਹਾਨੂੰ ਪੁੱਛਿਆ ਜੀ ਟੀਜ਼ਰ ਹੋਇਆ ਸੀ ਟੀਜ਼ਰ, ਉਦੋਂ ਤੁਸੀਂ ਕਿਹਾ ਕਿ ਕਿਸੇ ਵੀ ਫਿਲਮ ਦਾ ਜਦੋਂ ਕੋਈ ਹਿੱਸਾ ਨਹੀਂ ਬਣਦਾ ਤਾਂ ਸਾਨੂੰ ਕਾਲ ਰਹਿੰਦੀ ਹੈ ਕਿ ਸਾਨੂੰ ਫੋਨ ਕਿਉਂ ਨਹੀਂ ਆਇਆ, ਇੰਨੀ ਉਤਸੁਕਤਾ ਕਿਉਂ ਹੈ ਇਸ ਫਿਲਮ? ਇਸ ਤਰੀਕੇ ਦਾ ਨਹੀਂ ਹੁੰਦਾ ਕਿ ਹਰ ਫਿਲਮ ਦਾ ਆਵੇ, ਹਰ ਫਿਲਮ ਦੇ ਵਿੱਚ ਹਰ ਆਰਟਿਸਟ ਦਾ ਹੁੰਦਾ ਵੀ ਹੈ ਨਹੀਂ, ਕਿਉਂਕਿ ਇਹ ਨਹੀਂ ਹੈਗਾ ਕਿ ਹਰ ਫਿਲਮ ਦੇ ਵਿੱਚ ਗੁਰਪ੍ਰੀਤ ਕੌਰ ਭੰਗੂ ਹੀ ਹੋਵੇ। ਮਤਲਬ ਇਹ ਹੈ ਕਿ ਕੁਛ ਫਿਲਮਾਂ ਇਹੋ ਜਿਹੀਆਂ ਹੁੰਦੀਆਂ, ਸਬਜੈਕਟ ਇਹੋ ਜਿਹੇ ਹੁੰਦੇ ਆ ਜਿਹਦੇ 'ਚ ਸਾਨੂੰ ਇਹ ਲੱਗਦਾ ਕਿ ਇਹ ਸੇਧ ਦੇਣ ਵਾਲੀਆਂ ਫਿਲਮ ਹੈ, ਇਹਦੇ ਵਿੱਚ ਮੇਰਾ ਕੋਈ ਨਾ ਕੋਈ ਜਿਹੜਾ ਹੈ ਕਰੈਕਟਰ ਹੋਣਾ ਚਾਹੀਦਾ, ਇਹ ਗੱਲ ਅਸਲ ਤਾਂ। ਅਤੇ ਜਿੱਥੋਂ ਤੱਕ ਅਰਦਾਸ ਸਰਬੱਤ ਦੇ ਭਲੇ ਦੀ ਗੱਲ ਹੈ, ਸਭ ਤੋਂ ਪਹਿਲਾਂ ਅਰਦਾਸ ਆਈ, ਅਰਦਾਸ ਕਰਾਂ ਆਈ, ਅਰਦਾਸ ਹੁਣ ਸਰਬੱਤ ਦੇ ਭਲੇ ਦੀ, ਹਰ ਬੰਦਾ ਅਰਦਾਸ ਕਰਦਾ ਆਪਣੇ ਲਈ। ਅਤੇ ਬਹੁਤ ਚੰਗਾ ਲੱਗਿਆ ਮੈਨੂੰ ਇਹਦਾ ਨਾਂ ਇਸ ਤਰੀਕੇ ਨਾਲ ਕਿ ਅਰਦਾਸ ਸਰਬੱਤ ਦੇ ਭਲੇ ਦੀ, ਕਿਉਂਕਿ ਸਾਨੂੰ ਆਪਣੇ ਨਾਲ ਜਦੋਂ ਅਸੀਂ ਦੂਜਿਆਂ ਦੀ ਸੁੱਖ ਮੰਗਦੇ ਹਾਂ ਉਹਦੇ ਵਿੱਚ ਹੀ ਅਸੀਂ ਸ਼ਾਮਿਲ ਹੋ ਜਾਂਦੇ ਹਾਂ। ਸੋ ਬਹੁਤ ਅੱਛਾ ਇਹ ਕਨਸੈਪਟ ਹੈ, ਕਨਸੈਪਟ ਕਿ ਇਹ ਲੋਕਾਂ ਦੇ ਦੁੱਖਾਂ ਦਰਦਾਂ ਦੀ ਕਹਾਣੀ ਹੈ ਕਿ ਕਿਵੇਂ ਅਸੀਂ ਦੁੱਖਾਂ ਦਰਦਾਂ ਦੇ ਵਿੱਚ ਜਦੋਂ ਪੀਸੇ ਜਾਂਦੇ ਹਾਂ ਤਾਂ ਇੱਕ ਆਸਰਾ ਲੈਂਦੇ ਹਾਂ, ਅਰਦਾਸ ਕਰਦੇ ਹਾਂ, ਅਤੇ ਉਹ ਸਾਨੂੰ ਸਹਾਰਾ ਮਿਲਦਾ। ਅਤੇ ਇਹਦੇ ਵਿੱਚ ਜਿੰਨੇ ਪਾਤਰ ਨੇ ਸਾਰਿਆਂ ਦੀ ਆਪਣੀ ਆਪਣੀ ਜਰਨੀ ਹੈ, ਅਤੇ ਆਡੀਅੰਸ ਹੈ ਜਿਹੜੀ ਉਹਨਾਂ ਨੂੰ ਵੀ ਇਹੀ ਲੱਗਣਾ ਕਿ ਇਹ ਮੇਰੀ ਕਹਾਣੀ ਹੈ, ਕਿਉਂਕਿ ਜਿਵੇਂ ਕਹਿੰਦੇ ਕਿ ਨਾਨਕ ਦੁਖੀਆ ਸਭ ਸੰਸਾਰ, ਹਰ ਬੰਦੇ ਨੂੰ ਕੋਈ ਨਾ ਕੋਈ ਤਕਲੀਫ ਹੈ। ਆਪਾਂ ਨੂੰ ਕਈ ਵਾਰੀ ਵੱਡੇ ਮਹਿਲਾਂ ਵਾਲੇ ਜਾਂ ਵੱਡੇ ਲੋਕ ਜਿਹੜੇ ਕਰੋੜਾਂ ਅਰਬਾਂ ਪਤੀ ਹੈ
ਹੋ ਸਕਦਾ ਕਿ ਉਹ ਪੈਸਿਆਂ ਦੇ ਪੱਖੋਂ ਬਹੁਤ ਸੁਖੀ ਹੋਣ, ਪਰ ਉਹ ਸਿਹਤ ਪੱਖੋਂ ਹੀ ਕਿੰਨੇ ਉਦਾ ਹੁੰਦੇ ਆ, ਜਿਹੜੀ ਸਭ ਤੋਂ ਉੱਤਮ ਹੈ। ਅਤੇ ਉਦੋਂ ਉਹਨਾਂ ਦੇ ਲਈ ਵੀ ਇਹ ਫਿਲਮ ਬਹੁਤ ਵਧੀਆ, ਹਰ ਬੰਦੇ ਲਈ, ਬੱਚੇ ਤੋਂ ਲੈ ਕੇ ਵੱਡੇ ਤੱਕ, ਸਾਰਿਆਂ ਦੀ ਇਹ ਆਪਣੀ ਫਿਲਮ ਹੈ, ਆਪਣੀ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲੀ ਫਿਲਮ ਹੈ। ਕਿਵੇਂ ਅਸੀਂ ਜਦੋਂ ਆਪਣੇ ਲਈ ਸੁੱਖ ਮੰਗਦੇ ਹਾਂ ਤਾਂ ਦੂਜਿਆਂ ਲਈ ਅਸੀਂ ਕਿਵੇਂ ਸੁੱਖ ਮੰਗਣੀ ਹੈ, ਅਤੇ ਉਹਦੇ ਵਿੱਚ ਕਿਵੇਂ ਸਾਰੇ ਆ ਜਾਂਦੇ ਆ, ਜਾਂ ਸਾਰਿਆਂ ਦਾ ਭਲਾ ਕਿਵੇਂ ਹੁੰਦਾ, ਇਸ ਤਰੀਕੇ ਦੀ ਇਹ ਕਹਾਣੀ ਹੈ, ਇਹ ਫਿਲਮ ਹੈ। ਅਤੇ ਮੈਨੂੰ ਇਹ ਲੱਗਦਾ ਕਿ ਕਿਸੇ ਇੱਕ ਬੰਦੇ ਦੀ ਫਿਲਮ ਨਹੀਂ, ਕੋਈ ਹੀਰੋ ਹੀਰੋਇਨ ਦੀ ਫਿਲਮ ਨਹੀਂ, ਸਾਰੇ ਪਾਤਰਾਂ ਦੀ ਆਪਣੀ ਆਪਣੀ ਕਹਾਣੀ ਹੈ। ਜਿਵੇਂ ਇਹਨਾਂ ਨੇ ਦੱਸਿਆ ਕਿ ਇਸ ਕਹਾਣੀ ਨੂੰ ਲੈ ਕੇ ਸਾਰਿਆਂ ਨੇ ਆਪਣੇ 'ਤੇ ਢੁੱਕਦੀ ਹੋਈ ਮਹਿਸੂਸ ਕਰਨਾ ਹੈ, ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇਖਿਆ ਗਿਆ। ਪਰ ਤੁਹਾਨੂੰ ਲੱਗਦਾ ਕਿ ਅਸਲ ਜ਼ਿੰਦਗੀ ਵਿੱਚ ਔਰ ਇਸ ਫਿਲਮ ਦੀ ਜ਼ਿੰਦਗੀ ਦੇ ਵਿੱਚ ਜਦੋਂ ਨੇੜਤਾ ਹੋ ਜਾਂਦੀ ਹੈ, ਲੋਕ ਆਪਣੇ ਆਪ ਹੀ ਉਹਨੂੰ ਹੁੰਗਾਰਾ ਦਿੰਦੇ ਆ, ਫਿਰ ਉਹ ਫਿਲਮਾਂ ਤਾਂ ਹਿੱਟ ਹੋਣੀਆਂ ਹੀ ਹੋਣੀਆਂ, ਪਰ ਉਹਦੇ 'ਚ ਕੁਝ ਨਾ ਕੁਝ ਲੈ ਕੇ ਵੀ ਨਿਕਲਦੇ ਆ ਸਿਨੇਮਾ ਘਰਾਂ 'ਚ। ਦੇਖੋ ਜਦੋਂ ਇਹੋ ਜਿਹੀ ਫਿਲਮ ਬਣਦੀ ਹੈ ਨਾ, ਤਾਂ ਇਹ ਜਿਹੜੀ ਹੈਗੀ ਇਹ ਜ਼ਿੰਦਗੀ ਦੇ ਬਹੁਤ ਨੇੜੇ ਹੁੰਦੀ ਹੈ। ਇਹ ਜਿਹੜੀਆਂ ਕਹਾਣੀਆਂ ਨੇ, ਇਹ ਜਿਹੜੀਆਂ ਜੋ ਵੀ ਜਰਨੀ ਦਿਖਾਈ ਹੈ, ਇਹ ਜ਼ਰੂਰ ਕਿਤੇ ਨਾ ਕਿਤੇ ਵਾਪਰੀ ਹੁੰਦੀ ਹੈ। ਜਿੰਨਾ ਵੀ ਪਹਿਲਾਂ ਵੀ ਅਸੀਂ ਦੇਖਿਆ ਕਿ ਜਿਹੜਾ ਸਾਡਾ ਸੀ ਉਸ ਪਹਿਲੀ ਅਰਦਾਸ ਦੇ ਵਿੱਚ ਵੀ ਸੋਹੀ ਸਰ ਜਦੋਂ ਸੁਸਾਈਡ ਕਰਨ ਲੱਗਦੇ ਹੈ, ਫਿਰ ਗੁਰਪ੍ਰੀਤ ਭੰਗੂ ਮੈਮ ਦਾ, ਇਹਨਾਂ ਦਾ ਵੀ ਹੈਗਾ ਵੀ ਕੁੜੀਆਂ ਹੀ ਕਿਉਂ ਹੋ ਜਾਂਦੇ ਨੇ, ਇਹ ਮੁੱਦੇ ਸਾਡੇ ਸਮਾਜ 'ਚ ਵਿਚਰ ਰਹੇ ਨੇ, ਇਹ ਤਕਲੀਫਾਂ ਕਈਆਂ ਦੇ ਘਰਾਂ 'ਚ ਹੋਈਆਂ ਨੇ। ਤਾਂ ਉਹ ਸਾਰੀਆਂ ਚੀਜ਼ਾਂ ਤੋਂ ਜਾਣੂ ਤਾਂ ਸਾਰੇ ਹੀ ਹੁੰਦੇ ਨੇ, ਪਰ ਇਹ ਕਿ ਜਦੋਂ ਫਿਲਮ ਪਰਦੇ 'ਤੇ ਆਉਂਦੀ ਹੈ ਨਾ, ਤਾਂ ਉਹ ਆਪਣੀ ਇੱਕ ਅਸਰ, ਇੱਕ ਛਾਪ ਛੱਡ ਕੇ ਜਾਂਦੀ ਹੈ। ਕਈ ਵਾਰੀ ਕੀ ਹੁੰਦਾ, ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜਦੋਂ ਬੰਦੇ ਦਾ ਮਨ ਗਲਤ ਪਾਸੇ ਜਾਂਦਾ, ਉਹ ਗਲਤ ਸੋਚਦਾ ਜਾਂ ਕੋਈ ਗਲਤ ਸਟੈਪ ਚੁੱਕਣ ਲੱਗਦਾ, ਤਾਂ ਇੱਕ ਵਾਰੀ ਉਸਨੂੰ ਉਸੇ ਟਾਈਮ ਹੀ ਉਹ ਅਰਦਾਸ ਫਿਲਮ 'ਚ ਸਰਦਾਰ ਸੋਹੀ ਵੀ ਮੈਂ ਕੀ ਕਰਨ ਚੱਲੇ ਹਾਂ, ਹੈ ਨਾ, ਵੀ ਉਹ ਫਿਲਮ ਦੇ ਵਿੱਚ ਗੁਰਪ੍ਰੀਤ ਘੁੱਗੀ ਨੇ ਕੀ ਕਿਹਾ ਸੀ, ਤਾਂ ਉਹ ਕਿਤੇ ਨਾ ਕਿਤੇ ਮੱਲਮ ਦਾ ਕੰਮ ਕਰ ਜਾਂਦਾ। ਅਤੇ ਉਹ 2-4 ਸੈਕਿੰਡ ਦੀ ਗੱਲ ਹੁੰਦੀ ਹੈ, ਉਹ 2-4 ਸੈਕਿੰਡ ਦੇ ਵਿੱਚ ਜੇ ਬੰਦਾ ਉੱਥੋਂ ਮੁੜ ਗਿਆ ਤਾਂ ਸਮਝ ਲਓ ਸਾਡੇ, ਹਾਂ, ਕਿਉਂਕਿ ਇਹ ਫਿਲਮਾਂ ਦੇ ਜ਼ਰੀਏ ਜ਼ਿੰਦਗੀ ਬਚ ਗਈ। ਕਿਉਂਕਿ ਸੁਸਾਈਡ ਰੇਟ ਆ ਨਾ ਜਿਹੜਾ, ਜਦੋਂ ਅੰਕੜਿਆਂ 'ਤੇ ਝਾਤ ਮਾਰਦੇ ਹਾਂ ਤਾਂ ਇੰਨਾ ਸੀਰੀਅਸ ਅੰਕੜਾ ਕਿ ਬੰਦੇ ਦੀ ਰੂਹ ਕੰਬਦੀ ਹੈ ਸੁਣ ਕੇ ਦੇਖ ਕੇ। ਆਮ ਵੇਖਦੇ ਵੀ ਅਸੀਂ ਪਿੰਡਾਂ ਸ਼ਹਿਰਾਂ 'ਚ ਕਈ ਘਟਨਾਵਾਂ ਹੁੰਦੀਆਂ, ਕਈ ਟੱਬਰਾਂ ਦੇ ਟੱਬਰ ਆ ਜਿਹੜੇ ਉਹ ਜ਼ਹਿਰ ਨਿਕਲ ਕੇ ਜਾਂ ਕਿਸੇ ਤਰ੍ਹਾਂ ਸਟੈਪ ਚੁੱਕ ਲੈਂਦੇ ਆ, ਪਰ ਉਹ ਸਾਰੇ ਕਾਸੇ ਦੇ ਵਿੱਚੋਂ ਵੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚੋਂ ਬਚਣਾ ਕਿਵੇਂ ਹੈ, ਕਿਤੇ ਫਿਲਮ ਦੇ ਰਾਹੀਂ ਉਹ ਸਾਰੀਆਂ ਗੱਲਾਂ ਵੀ ਉਹਨਾਂ ਦੇ ਜ਼ਿਹਨ 'ਚ ਪਈ। ਬਿਲਕੁਲ ਉਹੀ ਗੱਲ ਕਰਦੇ ਹਾਂ ਕਿ ਜਿਹੜੀ ਇਹ ਚੀਜ਼ ਜਦੋਂ ਕੋਈ ਫਿਲਮ ਬਣ ਜਾਂਦੀ ਹੈ, ਉਹ ਲੰਮੇ ਸਮੇਂ ਤੱਕ ਕੰਮ ਕਰਦੀ ਹੈ। ਆਪਾਂ ਕਦੇ ਸਾਧੂ ਸੰਤਾਂ ਦਾ ਸੰਗ ਕਰ ਲਈਏ, ਆਪਾਂ 2-4 ਗੱਲਾਂ ਪੱਲੇ ਬੰਨ ਲੈਂਦੇ ਹਾਂ, ਹਫ਼ਤਾ 2 ਹਫ਼ਤੇ ਬਾਅਦ ਉਹ ਸਾਡੇ ਜ਼ਿਹਨ 'ਚੋਂ ਨਿਕਲ ਜਾਂਦੀਆਂ ਨੇ ਵੀ ਚੱਲ ਛੱਡ, ਅਸੀਂ ਐਡੇ ਜੋਗੇ ਹੋਏ ਨਹੀਂ, ਪਰ ਉਹ ਕਿਤੇ ਨਾ ਕਿਤੇ ਚੱਲਦੀ ਰਹਿੰਦੀ ਹੈ। ਕਦੇ ਫਿਲਮ ਅੱਜ ਆਈ ਸਿਨੇਮੇ ਦੇ ਵਿੱਚ ਬੜੇ ਪਰਦੇ 'ਤੇ, ਫਿਰ ਉਹ ਛੋਟੇ ਪਰਦੇ 'ਤੇ, ਫਿਰ ਕਿਸੇ ਦੇ ਮੋਬਾਈਲ 'ਚ, ਕਿਤੇ ਨਾ ਕਿਤੇ ਉਹ 2 ਡਾਇਲੌਗ, ਕਿਤੇ ਨਾ ਕਿਤੇ ਉਹ ਸੀਨ, ਉਹ ਮੱਲਮ ਦਾ ਕੰਮ ਹਮੇਸ਼ਾ ਕਰਦਾ ਰਹਿੰਦਾ। ਅਤੇ ਫਿਲਮ ਮੇਕਰ ਦੀ ਜਿਹੜੀ ਹੈਗੀ ਹੈ ਮਿਹਨਤ ਕਿਤੇ ਨਾ ਕਿਤੇ ਸਫਲ ਹੋ ਗਈ। ਸੋ ਇੰਨੀਆਂ ਅੱਛੀਆਂ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਵੀ ਨੇ ਕਿ ਟੈਨਸ਼ਨਾਂ ਭਰੀ ਜ਼ਿੰਦਗੀ ਆ ਸਾਰਿਆਂ ਦੀ। ਅੱਜ ਪਤਾ ਨਹੀਂ ਕੌਣ ਕਿਸ ਮੁਸ਼ਕਿਲ 'ਚ ਹੈ, ਕੋਈ ਕਿਸ 'ਚ ਹੈ, ਲੋਕਾਂ ਕੋਲ ਕਿਸੇ ਦਾ ਦੁੱਖ ਦਰਦ ਵੰਡਾਉਣ ਦਾ ਵੀ ਟਾਈਮ ਹੈ ਨਹੀਂ ਗਾ, ਆਪਣਿਆਂ ਦੀ ਨਹੀਂ ਸੁਣਦਾ ਕੋਈ, ਸਕਿਆਂ ਦੇ ਵਿੱਚ ਘਰ 'ਚ ਹੀ ਪਤਾ ਨਹੀਂ ਹੁੰਦਾ ਕੀ ਹੋ ਰਿਹਾ। ਅਤੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਪਰਿਵਾਰਾਂ ਦੇ ਪਰਿਵਾਰ ਵੀ, ਉਹ ਇੱਕ ਚੀਜ਼ ਹੈ ਕਿ ਉਹ ਸੈਕਿੰਡਾਂ ਦੀ ਗੇਮ ਹੁੰਦੀ ਹੈ। ਜੇ ਕਿਤੇ ਉਹ ਸੈਕਿੰਡ ਕੋਈ ਸੰਭਾਲ ਗਿਆ, ਉਹਨਾਂ ਨੂੰ ਕਿਸੇ ਨੇ ਫੋਨ 'ਤੇ ਹੀ ਜ਼ਰੀਏ ਗੱਲਬਾਤ ਕਰ ਲਈ ਜਾਂ ਕੁਛ ਵੀ ਕਰ ਲਿਆ, ਉਹ ਟਾਈਮ ਨੂੰ ਟਾਲਤਾ, ਉਹ ਟਾਈਮ ਟਲ ਗਿਆ ਨਾ, ਤਾਂ ਸਮਝ ਲਓ ਅਸੀਂ ਦੁਬਾਰਾ ਸ਼ਾਇਦ ਉਹ ਕੰਮ ਨਾ ਕਰੀਏ। ਤਾਂ ਉਹ ਸਾਡੀ ਫਿਲਮ ਦਾ ਵੀ ਉਹ ਟਾਈਮ ਟਾਲਣਾ ਹੈ ਨਾ, ਕਿ ਵੀ ਉਹ ਵਕਤ ਨੂੰ
ਟਾਲਦੇ। ਇਹ ਜ਼ਿੰਦਗੀ ਜਿਹੜੀ ਪਰਮਾਤਮਾ ਨੇ ਦਿੱਤੀ ਹੈ, ਇਹਨੂੰ ਇੰਨੀ ਸਸਤੀ ਨਹੀਂ ਗਵਾਉਣਾ ਆਪਾਂ, ਇਹਨੂੰ ਇੰਨੀ ਸਸਤੀ, ਮੈਨੂੰ ਲੱਗਦਾ ਕਿ ਇਹਨੂੰ ਬੜਾ ਆਸਾਨ ਜਿਹਾ ਤਰੀਕਾ ਸਮਝ ਲਿਆ ਵੀ ਹੋਰ ਸਾਰਾ ਕੁਛ ਨਹੀਂ ਹੁੰਦਾ ਤਾਂ ਚਲੋ ਸਾਰੇ ਟੱਬਰ ਨੂੰ ਜ਼ਹਿਰ ਦੇ ਕੇ ਮਾਰ ਦਿਓ, ਚਲੋ ਗੋਲੀ ਮਾਰ ਦਿਓ ਜਾਂ ਕੁਛ ਵੀ ਕਰ ਦਿਓ। ਇਹ ਚੀਜ਼ਾਂ ਦਾ ਹੱਲ ਥੋੜ੍ਹੀ ਹੈ, ਇਹਦੀ ਤਾਂ ਪਨਿਸ਼ਮੈਂਟ ਸਾਨੂੰ ਅੱਗੇ ਜਾ ਕੇ ਵੀ ਮਿਲਣੀ ਹੈ, ਇਹਦਾ ਪਰਮਾਤਮਾ ਨੇ ਵੀ ਸਜ਼ਾ ਦੇਣੀ ਹੈ ਵੀ ਆਹ ਕੀ ਕੰਮ ਕਰਿਆ ਆ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਲਿਆ ਤੂੰ ਜਿਹੜੀਆਂ ਉਹਨਾਂ ਨੇ ਲਾ ਕੇ ਭੇਜੀਆਂ। ਹੰਬਲ ਮੋਸ਼ਨ ਪਿਕਚਰ ਦੀ ਇੱਕ ਖਾਸੀਅਤ ਤਾਂ ਰਹੀ ਹੈ ਕਿ ਇਹਨਾਂ ਨੇ ਵਰਾਇਟੀ 'ਚ ਬੜਾ ਕੰਮ ਕੀਤਾ, ਜੇ ਸੀਰੀਅਸ ਕੰਟੈਂਟ ਆ ਰਿਹਾ ਹਾਸਿਆਂ ਭਰਪੂਰ ਵੀ ਹੈ, ਹਰ ਤਰ੍ਹਾਂ ਦਾ ਬੱਚਿਆਂ ਦੀ ਕਹਾਣੀ ਬਜ਼ੁਰਗਾਂ ਦੀ। ਹੁਣ ਜਿਵੇਂ ਅਰਦਾਸ ਸਰਬੱਤ ਦੇ ਭਲੇ ਦੀ ਹੈ, ਆਮ ਪਿੰਡਾਂ ਦੇ ਵਿੱਚ ਸਾਡੇ ਨਾ ਅੱਜ ਕੱਲ੍ਹ ਇੱਕ ਮਤੇ ਵਾਲਾ ਸਿਸਟਮ ਚੱਲ ਪਿਆ ਕਿ ਪ੍ਰਵਾਸੀ ਆ ਨਾ ਜਿਹੜੇ ਉਹ ਬੜਾ ਜਾਬਤੇ 'ਚ ਨਹੀਂ ਰਹਿੰਦੇ, ਖਰਾਬ ਕਰਦੇ ਹੈ, ਪਰ ਦੂਜੀ ਡਿਬੇਟ ਨਾਲ ਇਹ ਚੱਲ ਪੈਂਦੀ ਹੈ ਵੀ ਸਾਡੇ ਗੁਰੂ ਤਾਂ ਕਹਿੰਦੇ ਸਰਬੱਤ ਦਾ ਭਲਾ, ਇਹਨਾਂ ਨੂੰ ਬਾਹਰ ਕਿਉਂ ਕੱਢਿਆ ਜਾਵੇ। ਇਹ ਡਿਬੇਟ ਹੈ ਜਿਹੜੀ, ਜਾਂ ਇਸ ਦੇ ਵਿੱਚ ਕਈ ਦੁਚਿੱਤੀ 'ਚ ਹੁੰਦੇ ਆ ਵੀ ਸਹੀ ਕੀ ਹੋ ਰਿਹਾ, ਗਲਤ ਕੀ ਹੋ ਰਿਹਾ। ਇਹ ਕੁਝ ਫਿਲਮਾਂ ਅਜਿਹੇ ਸਬਜੈਕਟ ਵਾਲੀਆਂ ਉੱਧਰ ਵੀ ਦਿਸ਼ਾ ਦਿੰਦੀਆਂ ਨੇ ਵੀ ਠੀਕ ਕੀ ਹੈ, ਬਿਲਕੁਲ ਦਿੰਦੀਆਂ। ਬੇਟੇ ਜਦੋਂ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ, ਠੀਕ ਹੈ ਜੇ ਕੋਈ ਬਾਹਰੋਂ ਆ ਕੇ ਗਲਤੀ ਕਰਦਾ, ਉਹਦੀ ਸਜ਼ਾ ਕੁੱਟਮਾਰ ਜਾਂ ਮਾਰਨਾ ਨਹੀਂ ਹੁੰਦੀ, ਉਹਦੀ ਸਜ਼ਾ ਉਹਨੂੰ ਮੁੱਖ ਧਾਰਾ ਵਿੱਚ ਲੈ ਕੇ ਆਉਣਾ ਹੁੰਦਾ। ਅਤੇ ਇਹੀ ਗੱਲਾਂ ਇਹ ਫਿਲਮ ਦੱਸਦੀ ਹੈ, ਫਿਲਮਾਂ ਦੱਸਦੀਆਂ ਨੇ, ਹੋਰ ਫਿਲਮਾਂ ਵੀ ਬੜੀਆਂ ਬਣਦੀਆਂ ਨੇ। ਪਰ ਜਿਹੜੀ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਜੇ ਅਸੀਂ ਉਹ ਸਾਡੇ ਕਹਿੰਦੇ ਹਾਂ ਪੰਜਾਬ ਦੇ ਵਿੱਚ ਪ੍ਰਵਾਸੀ ਆ ਕੇ, ਸਾਡੇ ਬੱਚੇ ਵੀ ਬਾਹਰਲੇ ਮੁਲਕਾਂ ਵਿੱਚ ਬੈਠੇ ਆ, ਨਫ਼ਰਤ ਨਹੀਂ ਹੋਣੀ ਚਾਹੀਦੀ, ਇਹੀ ਫਿਲਮ ਸਿਖਾਉਂਦੀ ਹੈ। ਜੇ ਅਸੀਂ ਨਫ਼ਰਤ ਹੀ ਸਿੱਖਣੀ ਹੈ ਤਾਂ ਫਿਰ ਅਸੀਂ ਕਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਸਰਬੱਤ ਦੇ ਭਲੇ ਦਾ ਮਤਲਬ ਇਹ ਥੋੜ੍ਹਾ ਵੀ ਮੈਂ ਆਪਣਿਆਂ ਲਈ ਚੰਗਾ ਸੋਚਣਾ, ਉਹਦਾ ਮਤਲਬ ਹੈ ਕਿ ਅਸੀਂ ਹਰ ਇੱਕ ਲਈ ਚੰਗਾ ਸੋਚਣਾ। ਅੱਜ ਕੱਲ੍ਹ ਮੈਨੂੰ ਲੱਗਦਾ ਕੋਮਲ ਹਿਰਦੇ ਇੰਨੇ ਹੋ ਗਿਆ ਕਿ ਥੋੜ੍ਹੀ ਜਿਹੀ ਗੱਲ ਬੰਦਾ ਲਾਈਨ ਤੋਂ ਹਟ ਕੇ ਕਰਨ ਦੀ ਕੋਸ਼ਿਸ਼ ਕਰਦਾ, ਉਹ ਡਰਦਾ ਹੀ ਰਹਿੰਦਾ ਕਿ ਮੇਰੇ ਘੇਰਾ ਨਾ ਪੈ ਜੇ। ਸੋਸ਼ਲ ਮੀਡੀਆ 'ਤੇ ਖਾਸ ਕਰਕੇ ਗਾਲੀ ਗਲੋਚ ਵਾਲਾ ਕੰਮ ਬਹੁਤ ਚੱਲ ਪੈਂਦਾ। ਉਹ ਬੇਸਮਝੀ ਹੈ ਬੇਟਾ, ਮੈਂ ਇਹੀ ਕਹੂੰਗੀ। ਦੇਖੋ ਤੁਸੀਂ ਆਪਦੀ ਨਾ, ਜਦੋਂ ਅਸੀਂ ਫੇਸਬੁੱਕ ਦੇ ਉੱਤੇ ਕਿਸੇ ਨੂੰ ਮੰਦਾ ਚੰਗਾ ਬੋਲਦੇ ਹਾਂ, ਕਿਸੇ ਦਾ ਕੁਛ ਨਹੀਂ ਜਾਂਦਾ, ਅਸੀਂ ਆਪਦੀ ਅਕਲ ਦਾ ਜਨਾਜ਼ਾ ਕੱਢਦੇ ਹਾਂ। ਉਹ ਬੰਦਾ ਆਪ ਅਸਲ ਮੈਨੂੰ ਲੱਗਦਾ ਕਿ ਫਰਸਟ੍ਰੇਟ ਹੋਇਆ ਹੋਇਆ ਹੁੰਦਾ, ਉਸ ਫਰਸਟ੍ਰੇਸ਼ਨ 'ਚੋਂ ਉਹ ਆਪਦਾ ਗੁੱਬਗਵਾਰ ਕੱਢਦਾ, ਹਾਲਾਂਕਿ ਉਸ ਬੰਦੇ ਨੂੰ ਹੋ ਸਕਦਾ ਉਹ ਬੰਦਾ ਜਾਣਦਾ ਵੀ ਨਾ ਹੋਵੇ। ਅਤੇ ਫਿਰ ਉਹ ਕਿਹੜੇ ਧਰਮ ਦੀ ਗੱਲ ਕਰਦਾ? ਇੱਕ ਪਾਸੇ ਉਹ ਹੋ ਸਕਦਾ ਉਹ ਬਹੁਤ ਮੱਥੇ ਟੇਕਦਾ ਹੋਵੇ, ਬਹੁਤ ਐਂ ਕਰਦਾ ਹੋਵੇ, ਇੱਕ ਪਾਸੇ ਆਪਦੀ ਜ਼ਬਾਨ ਤੋਂ ਉਹ ਇੰਨੇ ਗੰਦੇ ਸ਼ਬਦ ਬੋਲਦਾ। ਮੈਂ ਵੀ ਦੇਖਦੀ ਹੁੰਦੀ ਹਾਂ ਕਈ ਵਾਰੀ, ਸਾਰੇ ਲੋਕ ਹੀ ਦੇਖ ਰਹੇ ਨੇ, ਪਰ ਮੈਨੂੰ ਲੱਗਦਾ ਕਿ ਐਂ ਨਹੀਂ ਹੋਣਾ ਚਾਹੀਦਾ। ਤੁਹਾਡੇ ਨਾਲ ਕਿਸੇ ਦਾ ਕੋਈ ਗੁੱਸਾ ਗਿਲਾ, ਤੁਸੀਂ ਬੈਠ ਕੇ ਕਰ ਲਓ। ਸੋਸ਼ਲ ਮੀਡੀਆ ਦਾ ਮਤਲਬ ਇਹ ਨਹੀਂ, ਇੱਥੋਂ ਸਾਨੂੰ ਗਿਆਨ ਸਿੱਖਣ ਦੀ ਲੋੜ ਹੈ। ਇਹੀ ਹਾਲ ਫਿਲਮਾਂ ਦਾ ਬੇਟੇ। ਤੁਸੀਂ ਜਿਹੜੀ ਗੱਲ ਕਹੀ ਹੈ ਕਿ ਇਹ ਵੱਖਰੇ ਵੱਖਰੇ ਹੰਬਲ ਮੋਸ਼ਨ ਵੱਲੋਂ ਬਣਦੇ ਆ, ਹੱਸਣ ਖੇਡਣ ਮਨ ਕਾ ਚਾਓ, ਸਾਡੀ ਫਰਸਟ੍ਰੇਸ਼ਨ 'ਚੋਂ ਇਹ ਵੀ ਹੁੰਦਾ ਕਿ ਸਾਨੂੰ ਹਾਸੇ ਵਾਲੀਆਂ ਅਸੀਂ 2 ਘੰਟੇ ਰੀਕ੍ਰੀਏਸ਼ਨ ਕਰੀਏ ਜਾ ਕੇ, ਉਹੀਆਂ ਫਿਲਮਾਂ ਵੀ ਬਣਨੀਆਂ ਚਾਹੀਦੀਆਂ। ਸੀਰੀਅਸ ਬਹੁਤ ਮੁੱਦੇ ਵੀ, ਉਹ ਵੀ ਸਾਨੂੰ ਹੱਸਦੇ ਹੱਸਦੇ ਵੀ ਬਹੁਤ ਕੁਛ ਸਿਖਾ ਜਾਂਦੀਆਂ, ਅਸੀਂ ਆਪਦੇ ਦੋਸਤਾਂ ਮਿੱਤਰਾਂ ਨਾਲ ਜਾਂਦੇ ਹਾਂ। ਅਜਿਹੇ ਸਬਜੈਕਟ ਨੂੰ ਲੈ ਕੇ ਨਾ ਤੁਹਾਡੇ ਨੂੰ ਮੈਂ ਪੁੱਛਣਾ ਚਾਹੁੰਦਾ, ਜਾਂ ਤੁਸੀਂ ਵੀ ਜਵਾਬ ਦੇ ਸਕਦੇ ਹੋ। ਗੁਰਪ੍ਰੀਤ ਘੁੱਗੀ ਹੋਰਾਂ ਨੇ ਉਦੋਂ ਟੀਜ਼ਰ ਰਿਲੀਜ਼ ਵੇਲੇ ਕਿਹਾ ਕਿ ਮੈਂ ਗਿੱਪੀ ਨੂੰ ਸਲਾਹ ਦਿੱਤੀ ਕਿ ਫਿਲਮ 'ਚ ਆਪਾਂ ਪੰਗਾ ਨਾ ਲਈਏ, ਆਪਣੀ ਕੈਰੀ ਓਨ ਜੱਟ ਵਰਗੀਆਂ ਬੜੀਆਂ ਹਿੱਟ ਹੋ ਰਹੀਆਂ, ਪਤਾ ਨਹੀਂ ਇਹਨੂੰ ਪਸੰਦ ਕਰਨਾ ਹੈ ਕਿ ਨਹੀਂ। ਕਿਤੇ ਜਦੋਂ ਫਿਲਮ ਦਾ ਹਿੱਸਾ ਬਣਨ ਲੱਗੇ ਸੀ ਤੁਸੀਂ, ਤੁਹਾਡੇ ਵੀ ਇਹ ਖਿਆਲ ਸੀ ਮਨ ਵਿੱਚ, ਜਾਂ ਤੁਹਾਨੂੰ ਲੱਗਦਾ ਸੀ ਨਹੀਂ ਸਾਨੂੰ ਭਰੋਸਾ ਸਾਡੀ ਸਾਰੀ ਟੀਮ? ਮੇਰੇ ਤਾਂ ਨਹੀਂ, ਮੈਨੂੰ ਤਾਂ ਭਰੋਸਾ ਸੀ, ਕਿਉਂਕਿ ਐਂ ਲੱਗਦਾ ਕਿ ਇਹ ਸਾਡੇ ਲੋਕਾਂ ਨਾਲ ਜੁੜੀ ਹੋਈ ਗੱਲ ਹੈ, ਜਿੱਥੇ ਉਹ ਹਾਸੇ ਠੱਠੇ ਸਾਡੀ ਜ਼ਿੰਦਗੀ ਨਾਲ ਰਿਲੇਟਡ ਹੈ, ਅਤੇ ਇਹ ਵੀ ਇਹ ਕੋਈ ਐਂ ਨਹੀਂ ਹੈਗੀ ਕਿ ਇਹ ਦੁੱਖਾਂ ਦੀ ਹੀ ਗੱਲ ਕਰਦੀ ਹੈ, ਇਹ ਸਾਡੀਆਂ ਗਲਤੀਆਂ ਦਾ ਅਹਿਸਾਸ ਕਰਾਉਂਦੀ ਹੈ। ਜਿਵੇਂ ਵੱਡਿਆਂ ਨੂੰ ਇਗਨੋਰ ਕਰਨਾ, ਛੋਟਿਆਂ ਨਾਲ ਅਸੀਂ ਕੀ ਬਿਹੇਵ ਕਰਦੇ ਹਾਂ, ਜਾਂ ਪਹਿਲੀ ਫਿਲਮ 'ਚ ਸੀਗਾ ਮੇਰਾ ਕਿਰਦਾਰ ਮੈਂ ਆਪਣੇ 'ਤੇ ਲਊਂ ਕਿ ਮੈਨੂੰ ਤਾਂ ਮੁੰਡੇ ਹੀ ਚਾਹੀਦੇ ਨੇ, ਅਤੇ ਇਹਦਾ ਮਤਲਬ ਇਹ ਸਾਡੇ ਸਮਾਜ ਦੀ ਦਸ਼ਾ ਹੈ। ਜਿਵੇਂ ਕੁਛ ਗੱਲਾਂ ਆਪਾਂ ਕਹਿ ਦਿੰਦੇ ਹਾਂ ਇਹ ਇਕੱਲੇ ਆਦਮੀ ਨਹੀਂ ਇਹਦੇ ਜ਼ਿੰਮੇਵਾਰ, ਸਾਡੀ ਆਪਣੀ ਸੋਚ ਪਈ ਹੁੰਦੀ ਹੈ, ਉਹ ਵੀ ਸੋਚ ਸੀ ਇੱਕ, ਅਤੇ ਉਹਨੂੰ ਪਰਦੇ 'ਤੇ ਦਿਖਾਤਾ ਅਤੇ ਲੋਕਾਂ ਨੂੰ ਲੱਗਿਆ
ਲੋਕਾਂ ਨੇ ਉਸ ਕਰੈਕਟਰ ਨੂੰ ਕਿਹਾ ਨਾ ਵੀ ਦੇਖੋ ਇਹਨੇ ਐਂ ਕਿਉਂ ਕਿਹਾ, ਹੈ ਤਾਂ ਉਹ ਬੁਰਾਈ ਨਾ, ਤੇ ਜੇ ਉਹ ਬੁਰਾਈ ਇਸ ਤਰੀਕੇ ਨਾਲ ਨਿਕਲਦੀ ਹੈ ਫਿਲਮ ਰਾਹੀਂ ਦਿਖਾ ਕੇ ਤਾਂ ਇਹ ਬਹੁਤ ਵੱਡਾ ਇਹ ਸਿੱਖਿਆ ਗੀ, ਬਹੁਤ ਵੱਡਾ। ਇਸੇ ਤਰ੍ਹਾਂ ਯਕੀਨ ਸੀ ਕਿ ਸਬਜੈਕਟ ਕੰਮ ਕਰੂਗਾ ਪੰਜਾਬੀ, ਜਦੋਂ ਪਹਿਲੀ ਗੱਲ ਨਾ ਹੀ ਇੰਨਾ ਵਧੀਆ ਅਰਦਾਸ, ਉਹ ਪਤਾ ਨਹੀਂ ਅਰਦਾਸ ਨਹੀਂ ਖਿੱਚ ਲਿਆ ਇੱਕਦਮ, ਅਤੇ ਜਦੋਂ ਸ਼ੁਰੂ 'ਚ ਆਇਆ ਉਸ ਟਾਈਮ ਗਿੱਪੀ ਜੀ ਦੀ ਪਹਿਲੀ ਫਿਲਮ ਸੀ ਡਾਇਰੈਕਟ ਐਜ਼ ਏ ਡਾਇਰੈਕਟਰ, ਤਾਂ ਮੈਨੂੰ ਬੜਾ ਲੱਗਿਆ ਵੀ ਕਿਉਂਕਿ ਇੱਕ ਐਕਟਰ ਨੂੰ ਅਸੀਂ ਪਹਿਲਾਂ ਦੇਖ ਰਹੇ ਸੀ ਵੀ ਗਿੱਪੀ ਡਾਇਰੈਕਟ ਕਰਨਗੇ, ਪਰ ਮੈਂ ਜਦੋਂ ਡਾਇਰੈਕਟ ਕਰਦੇ ਉਹਨਾਂ ਨੂੰ ਦੇਖਦੀ ਸੀ ਤਾਂ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਵੀ ਕਾਫੀ ਨੌਲੇਜ ਸਾਨੂੰ ਸੀਨ ਸਮਝਾ ਰਹੇ ਸੀਗੇ, ਅਤੇ ਜਦੋਂ ਬੰਦਾ ਪੂਰਾ ਆਪਣੀ ਪਰਫੈਕਸ਼ਨ 'ਚ ਆਵੇ ਤਾਂ ਵਧੀਆ ਕੰਮ ਨਿਖਰ ਕੇ ਆਉਂਦਾ ਤਿਆਰੀ ਦੇ ਨਾਲ। ਸੋ ਉਹ ਪੂਰੀ ਤਿਆਰੀ ਦੇ ਨਾਲ ਆਏ ਸੀ ਕਿਉਂਕਿ ਉਹਨਾਂ ਦੇ ਕੋਲ ਸਕ੍ਰਿਪਟ ਦੇ ਵਿੱਚ ਵੀ ਪੂਰਾ ਦਮ ਸੀ ਅਤੇ ਆਪਣੀ ਡਾਇਰੈਕਸ਼ਨ 'ਚ ਫਿਰ ਨਾਲ ਉਹਨਾਂ ਦੇ ਬਲਜੀਤ ਦਿਓ ਜੀ ਹੈ ਨਾ, ਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਕਰ ਵੀ ਰਹੇ ਸੀ ਤਾਂ ਉਹ ਇੱਕ ਜਿੱਦਾਂ ਤੁਸੀਂ ਗੁਰਪ੍ਰੀਤ ਘੁੱਗੀ ਜੀ ਦੀ ਗੱਲ ਕੀਤੀ ਹੈ ਵੀ ਹੈ ਨਾ, ਉਹਨਾਂ ਦਾ ਵੀ ਉਹ ਵਾਜਬ ਸੀ ਸਵਾਲ ਕਿਉਂਕਿ ਉਸ ਤੋਂ ਪਹਿਲਾਂ ਇਹ ਇੱਕ ਕੌਮੇਡੀ ਦੀ ਤਰਫ ਚੱਲ ਰਹੀ ਸੀ, ਇੱਦਾਂ ਦਾ ਹੀ ਫਿਲਮਾਂ ਦਾ ਦੌਰ ਚੱਲ ਰਿਹਾ ਸੀ। ਹਰ ਬੰਦੇ ਨੂੰ ਡਰ ਲੱਗਦਾ ਇੱਕ ਵਾਰੀ ਕੁਝ ਜਦੋਂ ਵੀ ਇੱਕ ਅਰਦਾਸ ਤੋਂ ਇਹ ਲੱਗਦਾ ਕਿ ਇੱਕ ਸੰਜੀਦਾ ਜਿਹਾ ਵਿਸ਼ਾ ਹੋਊਗਾ ਵੀ ਪਤਾ ਨਹੀਂ ਇਹ ਹੋਊਗਾ, ਪਰ ਜਦੋਂ ਤੁਸੀਂ ਅਰਦਾਸ ਦੇਖੀ ਹੋ ਉਹਦੇ ਵਿੱਚ ਹਾਸਾ ਠੱਠਾ ਵੀ ਬਹੁਤ ਸੀ, ਮਤਲਬ ਉਹਦੇ ਵਿੱਚ ਹਰ ਫਲੇਵਰ ਸੀ, ਤਕਲੀਫਾਂ ਵੀ ਸੀ ਪਰ ਉਹ ਤਕਲੀਫਾਂ ਨੂੰ ਹਾਸੇ ਦੇ ਨਾਲ ਕਿਵੇਂ ਸੋਲਵ ਕੀਤਾ, ਤਾਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਪੂਰਾ ਸੁਮੇਲ ਸੀ। ਤਦੀ ਜਦੋਂ ਇਹੋ ਜਿਹੀ ਚੀਜ਼ ਆਈ ਲੋਕਾਂ ਨੇ ਪਸੰਦ ਕੀਤੀ ਤਾਂ ਉਹਨਾਂ ਨੇ ਦੁਬਾਰਾ ਡਿਮਾਂਡ ਕੀਤੀ ਤਾਂ ਅਰਦਾਸ ਕਰਾਂ ਆਈ, ਫਿਰ ਹੁਣ ਉਹਨਾਂ ਦੀ ਡਿਮਾਂਡ 'ਤੇ ਅਰਦਾਸ ਸਰਬੱਤ ਦੇ ਭਲੇ ਦੀ, ਹੁਣ ਤਾਂ ਸਾਨੂੰ ਹੈਗਾ ਵੀ ਇਹ ਪਤਾ ਨਹੀਂ ਕਿੰਨੇ ਸੀਰੀਜ਼ ਬਣਨ, ਸਾਡੀ ਆਡੀਅੰਸ ਨਹੀਂ ਥੱਕਦੀ। ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹੀ ਪੁੱਛਣਾ ਕਿ ਸਿਨੇਮਾ ਘਰਾਂ ਤੱਕ ਕਿਉਂ ਪੁੱਜਣ ਲੋਕ, ਵੈਸੇ ਤਾਂ ਲੋਕ ਆਪ ਹੀ ਸਿਆਣੇ ਆ, ਫਿਰ ਵੀ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਇਹ ਫਿਲਮ ਸਿਨੇਮਾ ਘਰਾਂ ਵਿੱਚ ਜਾ ਕੇ ਦੇਖਣ ਵਾਲੀ ਕਿਉਂ? ਮੈਂ ਇਹ ਕਹਿੰਦੀ ਹਾਂ ਨਾ ਕਿ ਬੇਟੇ ਲੋਕ ਕਈ ਵਾਰੀ ਕਹਿੰਦੇ ਆ ਕਿ ਲੈ ਹੁਣ ਹਾਸੇ ਵਾਲੀਆਂ ਫਿਲਮਾਂ ਚੱਲੀ ਜਾਂਦੀਆਂ, ਆਹ ਫਿਲਮ ਨਹੀਂ ਬਣਾਉਂਦੇ, ਇਹ ਇਸ ਤਰੀਕੇ ਦੀ ਨਹੀਂ ਫਿਲਮ ਬਣਾਉਂਦੇ। ਜਦੋਂ ਫਿਲਮ ਬਣ ਜਾਂਦੀ ਹੈ ਅਤੇ ਦੇਖੋ ਪਿੱਛੇ ਪ੍ਰੋਡਿਊਸਰ ਦਾ, ਰਾਈਟਰ ਦਾ, ਸਪੋਰਟ ਬੋਆਏ ਤੋਂ ਲੈ ਕੇ ਟੈਕਨੀਕਲ ਟੀਮ ਤੱਕ, ਐਕਟਰਸ ਦਾ, ਸਭ ਦਾ ਜ਼ੋਰ ਲੱਗਿਆ ਹੋਇਆ ਹੁੰਦਾ, ਅਤੇ ਫਿਰ ਹੁਣ ਇਹ ਦਰਸ਼ਕਾਂ 'ਤੇ ਹੀ ਹੈ ਅਤੇ ਹੁਣ ਉਹਨਾਂ ਦਾ ਫਰਜ਼ ਬਣਦਾ ਕਿ ਆਓ ਆਪਾਂ 13 ਸਤੰਬਰ ਨੂੰ ਦੇਖੀਏ ਫਿਲਮ ਅਤੇ ਆਪਣੇ ਰਿਵਿਊ ਨਾਲ ਜ਼ਰੂਰ ਲਿਖੀਏ, ਕਿਉਂਕਿ ਜਿਹੜੀ ਤੁਸੀਂ ਅੱਗੇ ਫੇਸਬੁੱਕ ਦੀ ਗੱਲ ਕਰੀ ਹੈ ਜਾਂ ਸੋਸ਼ਲ ਮੀਡੀਆ ਦੀ, ਉੱਥੇ ਇਹ ਲਿਖਣਾ ਬਣਦਾ ਕਿ ਇਹ ਫਿਲਮ ਇਹੋ ਜਿਹੀ ਬਹੁਤ ਵਧੀਆ। ਜੇ ਕੋਈ ਕਿਸੇ ਨੂੰ ਮਾੜਾ ਮੋਟਾ ਪੁਆਇੰਟ ਲੱਗਿਆ ਉਹ ਜਿਹੜਾ ਕ੍ਰਿਟੀਸਾਈਜ਼ ਕਰਨ ਦੀ ਬਜਾਏ ਸੁਝਾਅ ਦੇਣਾ ਬਣਦਾ ਹੁੰਦਾ ਕਿ ਜੇ ਆਹ ਗੱਲ ਐਂ ਹੋ ਜਾਂਦੀ ਮੈਨੂੰ ਐਂ ਲੱਗਦਾ, ਜੈਲਸੀ ਤੋਂ ਬਿਨਾਂ, ਹੀਰਖਾ ਤੋਂ ਬਿਨਾਂ, ਅਤੇ ਉਹ ਫਿਰ ਹੋਰ ਸੋਨੇ 'ਤੇ ਸਹਾਗੇ ਵਾਲੀ ਗੱਲ ਹੋ ਜਾਂਦੀ ਹੈ ਜਿਹੜੀ ਆਪਾਂ ਕਹਿੰਦੇ ਹਾਂ ਕਿ ਆਪਾਂ ਸਭ ਦਾ ਭਲਾ ਮੰਗਦੇ ਹਾਂ। ਮੇਨ ਤਾਂ ਗੱਲ ਇਹੀ ਹੈ ਨਾ ਵੀ ਹੀਰਖਾ ਦਵੈਤ ਤੇਰਾ ਮੇਰਾ ਛੱਡ ਕੇ ਜਿਹੜੀ ਚੀਜ਼ ਮਨੁੱਖਤਾ ਦੇ ਭਲੇ ਦੀ ਹੈ ਉਹਦੀ ਸਾਨੂੰ ਪਰਹੇਜ਼ ਕਰਨੀ ਬਣਦੀ ਹੈ। ਇਸ ਕਰਕੇ 13 ਸਤੰਬਰ ਨੂੰ ਮੈਨੂੰ ਪੂਰਾ ਭਰੋਸਾ ਕਿ ਸਾਰੇ ਲੋਕ ਆਉਣਗੇ, ਫਿਲਮ ਦੇਖਣਗੇ। ਇਹ ਟਿਕਟਾਂ ਨਹੀਂ ਮਿਲਣੀਆਂ, ਮੈਨੂੰ ਤਾਂ ਇਹ ਲੱਗਦਾ ਨਹੀਂ ਟਿਕਟਾਂ ਮਿਲਣੀਆਂ। ਹਾਂ ਚਲੋ, 13 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਇਹ ਫਿਲਮ ਜਿਹੜੀ ਕਿ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਹੈ, ਅਤੇ ਸਾਡੀ ਵੀ ਗੁਜ਼ਾਰਿਸ਼ ਹੈ ਕਿ ਜੇਕਰ ਇਸ ਫਿਲਮ ਨੇ ਪਹਿਲਾਂ ਵੀ ਬਹੁਤ ਕਮਾਲ ਕੀਤਾ, ਕੁਝ ਨਾ ਕੁਝ ਸਾਨੂੰ ਚੰਗਾ ਦਿੱਤਾ, ਤਾਂ ਇਸ ਵਾਰੀ ਵੀ ਫਿਲਮ ਚੰਗਾ ਦੇ ਕੇ ਜਾਵੇਗੀ, ਅਤੇ ਦੇਖਦੇ ਹਾਂ ਕਿ ਦਰਸ਼ਕ ਇਸ ਨੂੰ ਕਿੰਨਾ ਹੁੰਗਾਰਾ ਦਿੰਦੇ ਨੇ। ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ, ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।